ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਦਰਬਾਰ ਸਾਹਿਬ ਵਿਖੇ ਅੱਜ ਵੀ ਮਾਮਲਾ ਚੋਇਆ ਵੱਡਾ ਖੁਲਾਸਾ ਪਾਪੀ ਨੇ ਅਠ ਵਾਰ ਕੀਤਾ ਸੀ ਆਹ ਕੰਮ ਤਾਜ਼ਾ ਵੱਡੀ ਖਬਰ ਆਈ ਹੈ ਜੀ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਮ ਤੇ ਵੀਡੀਓ ਨੂੰ ਅੱਜ ਤੋਂ ਆ ਲਾਈਕ ਐਂਡ ਸ਼ੇਅਰ ਵੀ ਕਰ ਦੇਣਾ ਜਿਨ੍ਹਾਂ ਨੇ ਆਨਲਾਈਨ ਸ਼ਾਪਿੰਗ ਕਰਨੀ ਹੈ ਲਿੰਕ ਡਿਸਕ੍ਰਿਪਸ਼ਨ ਚੋ ਤੇ ਜਾ ਕੇ ਤੁਸੀਂ ਆਲੇ ਸ਼ਾਪਿੰਗ ਕਰ ਸਕਦੇ ਹਾਂ ਸ਼ੇਮ ਮੰਦਰ ਸਾਹਿਬ ਚੋ ਵਾਪਰੀ ਬੇਅਦਬੀ ਦੀ ਕੋਸ਼ਿਸ਼ ਦੀ ਘਟਨਾ ਚ ਭਾਵੇਂ ਕੀ ਮੁਲਜ਼ਮ ਦੀ شناخت ਨਹੀਂ ਹੋ ਸકી ਪਰ ਪੰਜਾਬ ਪੁਲਿਸ ਵੱਲੋਂ ਆਏ ਦਿਨ ਨਵੇਂ ਖੁਲਾਸੇ ਕੀਤੇ ਜਾ ਰਹੇ ਨੇ ਅਤੇ ਇਸ ਦੇ ਚੱਲਦਿਆਂ ਹੀ ਜਾਂਚਦਾਰ ਪੰਜਾਬ ਪੁਲਿਸ ਵੱਲੋਂ ਵੱਡਾ ਖੁਲਾਸਾ ਕੀਤਾ ਗਿਆ ਹੈ ਜਾਂਚਦਾਰਨ ਪਤਾ ਲੱਗਾ ਕਿ ਬੇਦਬੀ ਦੀ ਕੋਸ਼ਿਸ਼ ਕਰਨ ਆਇਆ ਆਨੁਪਸ਼ਾਤੀ ਵਿਅਕਤੀ ਦਿਨ-ਦਿਨ ਪਹਿਲਾ ਜੀ ਮੰਦਰ ਸਾਈ ਵਿਖੇ 8 ਵਾਰ ਮੱਥਾ ਟੇਕਦਾ ਹੈ ਅਰੇ ਜਿਸ ਦਿਨ ਬੇਦਬੀ ਦੀ ਕੋਸ਼ਿਸ਼ ਕਰਨੀ ਹੈ ਉਸ ਦਿਨ ਮੁਲਜ਼ਮ ਨੇ 4 ਵਾਰ ਮੱਥਾ ਟੇਕਿਆ ਗਿਆ ਪੰਜਾਬ ਪੁਲਿਸ ਵੱਲੋਂ ਇਸ ਮਾਮਲੇ ਤੇ ਲਗਾਤਾਰ ਸੀਸੀਟੀਵੀ ਫੁਟੇਜਾਂ ਦੇ ਕੈਮਰਾ ਨੂੰ ਕੰਗਾਲਿਆ ਗਿਆ ਹੈ ਇਸ ਮਾਮਲੇ ਜਾਂਚ ਗਈ ਕੀਤੀ ਗਈ ਹੈ ਕਿ ਐਸਆਈਟੀ ਦੇ ਮੁਖੀ ਅੰਮ੍ਰਿਤਸਰ ਪੁਲਿਸ ਦੇ ਡੀਸੀਪੀ ਪਰਮਿੰਦਰ ਸਿੰਘ ਪੰਡਾ ਨੇ ਦੱਸਿਆ ਹੈ ਕਿ ਉਕਤ ਮੁਲਜ਼ਮਾ 15 ਦਸੰਬਰ ਤੋਂ ਅੰਮ੍ਰਿਤਸਰ ਵਿੱਚ ਸੀ ਉਹ 16 17 18 ਦਸੰਬਰ ਨੂੰ ਕਈ ਵਾਰ ਸ਼੍ਰੀ ਮੰਦਰ ਸਾਹਿਬ ਮੱਥਾ ਟੇਕਣ ਗਿਆ 17 ਨੂੰ ਉਸਨੇ ਲਗਭਗ 8 ਵਾਰ ਸ਼੍ਰੀ ਮੰਦਰ ਸਾਹਿਬ ਦੇ ਮੱਥਾ ਟੇਕ ਕੇ ਤੇ 18 ਨੂੰ ਲਗਭਗ 4 ਵਾਰ ਮੱਥਾ ਟੇਕਿਆ ਇਸ ਤਰ੍ਹਾਂ ਉਹ ਧਰਮ ਸਿੰਘ ਮਾਰਕੀਟ ਵਿਖੇ ਮਾਰਕੀਟ ਦੇ ਬਾਹਰ ਉਭਰਨੇ ਵਾਰਾਂਡੀਆਂ ਵਿੱਚ ਸੁੱਤਾ ਰਿਹਾ ਹ ਉਹ ਰਾਤ ਉਸ ਉੱਥੇ ਕੁੱਤਿਆਂ ਵਿੱਲੋ ਵਿਛਾਏ ਗੇ ਕੰਬਲ ਆਪਣੇ ਉੱਪਰ ਲੈ ਲਏ ਤੇ ਸਵੇਰੇ ਉੱਥੇ ਚੌਂਕੀਦਾਰ ਨੇ ਉਸ ਨੂੰ ਦੁਕਾਨਾ ਅੱਗੇ ਉਠਾਇਆ ਤੇ ਖਬਰ ਲਾ ਸਕਦੇ ਖਣੇ ਤੁਹਾਡਾ ਬਹੁਤ ਬਹੁਤ ਧੰਨਵਾਦ